वाहिगुरु जी का खालसा, वाहिगुरु जी की फतेह। दोस्तों, मैं जगजीत सिंह, तुसी देख रहे हो टूरिस्ट इंडिया इंस्टाग्राम फेसबुक ते यूट्यूब चैनल। अपनी ही वीडियो होंदी है क्या हुए ने यानी कि क्वेश्चन दे आंसर। तुसी कमेंट दे रूप दे विच मैनूं सवाल करदे हो और मैं थोड़े सारे सवालों का जवाब इस वीडियो च दिंदा हुंदा। यह वीडियो हर रोज रात नूं यूट्यूब तों रिलीज़ होंदी है। आओ शुरू करदे हां अज दा क्या हुए ने। सब तो पहला कमेंट है जी गुरजीत सिंह दा, लिखदे ने वीर जी न्यूजीलैंड दे स्टडी वीजा ते किन्ना टाइम लगदा हैगा। स्टडी वीजा दा जी उही टाइम है 45 to 50 दिन दे विच न्यूजीलैंड का स्टडी वीजा जिहड़ा हैगा वो आ रहा हैगा। तो तुसी जेकर अपलाई करना, सब तो पहला तुहानूं एलिजिबिलिटी क्राइटेरिया पता होना चाहिए है कि चाहिए होंदा और किन्ने फंडा की लोड़ पैंदी हैगी है। सो तुसी प्रोपर तरीके नाल इहदी प्रोपर जानकारी लैके तुसी अगे इहनूं परस्यू कर सकते हैगे जी। अगला कमेंट है जी यूजर 421 लिखते ने, सर किसी कंट्री विच वर्क ते लई जाण लई किन्ने क मनी लग जांदे ने ते किन्ना क ਵਧੀਆ ਵਰਕ ਕਿਸੇ ਕੰਟਰੀ ਵਿੱਚ ਮਿਲਦਾ ਹੈਗਾ ਦੱਸੋ। ਦੇਖੋ ਕੰਟਰੀ ਤਾਂ ਬਹੁਤ ਸਾਰੇ ਨੇ ਜੀ, ਹੈ ਨਾ। ਹੁਣ ਤੁਸੀਂ ਦੁਬਈ ਵੀ ਵਰਕ ਪਰਮਿਟ 'ਤੇ ਜਾ ਸਕਦੇ ਹੋ, ਕੈਨੇਡਾ ਵੀ ਜਾ ਸਕਦੇ ਹੋ। ਸੋ ਡਿਪੈਂਡ ਕਰਦਾ ਤੁਹਾਡੀ ਐਲੀਜੀਬਿਲਟੀ 'ਤੇ। ਹਰ ਇੱਕ ਕੰਟਰੀ ਦਾ ਜਿਹੜਾ ਕ੍ਰਾਈਟੀਰੀਆ ਯਾਨੀ ਕਿ ਜਿਹੜੀ ਸ਼ਰਤਾਂ ਨੇ ਉਹ ਅਲੱਗ ਅਲੱਗ ਹੁੰਦੀਆਂ ਨੇ। ਸੋ ਉਹਨਾਂ ਸ਼ਰਤਾਂ ਦੇ ਮੁਤਾਬਕ ਤੁਸੀਂ ਆਪਦਾ ਵਰਕ ਪਰਮਿਟ ਲੈ ਸਕਦੇ ਹੋ। ਰਹੀ ਗੱਲ ਪੈਸੇ ਦੀ, ਪੈਸਾ ਵੀ ਹਰ ਇੱਕ ਕੰਟਰੀ ਦਾ ਵੱਖੋ ਵੱਖਰਾ ਹੁੰਦਾ। ਸੋ ਤੁਸੀਂ ਪਹਿਲਾਂ ਮਨ ਬਣਾਓ ਕਿ ਤੁਸੀਂ ਜਾਣਾ ਕਿੱਥੇ ਹੈਗਾ ਅਤੇ ਤੁਸੀਂ ਉਸ ਮੁਤਾਬਕ ਅੱਗੇ ਆਪਦਾ ਪਲਾਨ ਕਰਕੇ ਫਿਰ ਤੁਸੀਂ ਜਿਸ ਤੋਂ ਕੰਸਲਟ ਕਰਨਾ ਹੈਗਾ, ਹੈ ਨਾ, ਉੱਥੋਂ ਤੁਸੀਂ ਪੁੱਛ ਸਕਦੇ ਹੋ ਕਿ ਕਿੰਨੀ ਕੁ ਪੇਮੈਂਟ ਜਿਹੜੀ ਹੈਗੀ ਹੈ ਉਹ ਲੱਗਦੀ ਹੈ। ਅਗਲਾ ਕਮੈਂਟ ਹੈ ਜੀ ਮਨਜੀਤ ਸਿੰਘ ਦਾ, ਲਿਖਦੇ ਨੇ ਭਾਅ ਜੀ ਸਰਬੀਆ ਬੰਦ ਹੋ ਗਿਆ। ਦੇਖੋ ਬ੍ਰਦਰ, ਅਸੀਂ ਇਸ ਤਰ੍ਹਾਂ ਸਰਬੀਆ ਤੁਹਾਡੇ ਪੁੱਛਣ ਦਾ ਮਤਲਬ ਇਹ ਹੈ ਵੀ ਜਿਵੇਂ 2 ਨੰਬਰ ਦੇ ਵਿੱਚ ਉੱਥੇ ਬੰਦੇ ਜਾਂਦੇ ਹੁੰਦੇ ਸੀ ਡੌਂਕੀ ਲਾ ਕੇ ਅੱਗੇ ਚਲੇ ਜਾਂਦੇ ਸੀ, ਉਸ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ। ਨਾ ਹੀ ਸਾਨੂੰ ਪਤਾ ਹੈਗਾ ਕਿ ਸਰਬੀਆ ਬੰਦ ਹੋ ਗਿਆ ਜਾਂ ਨਹੀਂ, ਕਿਉਂਕਿ ਜੇਕਰ ਤੁਸੀਂ ਲੀਗਲ ਜਾਂਦੇ ਹੋ, ਤੁਹਾਡੇ ਕੋਲ ਪ੍ਰੋਪਰ ਟੂਰਿਸਟ ਵੀਜ਼ਾ ਹੈਗਾ ਔਰ ਤੁਹਾਡੇ ਕੋਲ ਸਾਰੇ ਲੀਗਲੀ ਪੇਪਰ ਹੈਗੇ ਨੇ, ਫਿਰ ਨਹੀਂ ਬੰਦ ਹੋਇਆ। ਔਰ ਜੇ ਤੁਸੀਂ ਜਿਵੇਂ ਪਹਿਲਾਂ ਜਾਂਦੇ ਹਾਂ, ਲੋਕ ਹੈ ਨਾ 2 ਨੰਬਰ ਦੇ ਮੁਤਾਬਕ ਜਾਂਦੇ ਹੁੰਦੇ ਸੀਗੇ, ਧੱਕੇ ਨਾਲ ਐਂਟਰੀ ਲੈਂਦੇ ਸੀਗੇ, ਉਸ ਬਾਰੇ ਮੈਨੂੰ ਨੌਲੇਜ ਜਿਹੜੀ ਹੈਗੀ ਨਹੀਂ ਹੈ। ਹਾਂ, ਜੇਕਰ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਹੈਗੀ ਹੈ, ਵੀਜ਼ਾ ਹੈਗਾ, ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਅਗਲਾ ਕਮੈਂਟ ਹੈ ਮਨਜਿੰਦਰ ਸਿੰਘ, ਲਿਖਦੇ ਨੇ ਭਾਅ ਜੀ ਬੇਲਾਰੂਸ ਅੰਬੈਸੀ 'ਤੇ ਲਿਖਿਆ ਹੈ ਚੈੱਕ ਪੁਆਇੰਟ ਆਫ ਮਨੇਸਿਕ ਏਅਰਪੋਰਟ ਇਨ ਇੰਡੀਅਨ ਸਟੀਜ਼ਨ, 30 ਦਿਨ ਦੀ ਐਂਟਰੀ ਵੀ ਮਿਲ ਜਾਂਦੀ ਹੈ, ਇਸਦਾ ਕੀ ਮਤਲਬ ਹੈ? ਬੇਲਾਰੂਸ ਮਤਲਬ ਦੇਖੋ ਇਹ ਹੁੰਦਾ ਕਿ ਕੁਛ ਕੰਟਰੀ ਇਸ ਤਰ੍ਹਾਂ ਦੀ ਹੈ ਨਾ ਜਿਹੜੀ ਸਾਨੂੰ ਔਨ ਅਰਾਈਵਲ ਵੀਜ਼ਾ ਦੇ ਦਿੰਦੀਆਂ ਨੇ। ਚੈੱਕ ਪੁਆਇੰਟ ਦਾ ਮਤਲਬ ਹੈਗਾ ਕਿ ਤੁਸੀਂ ਉਹਨਾਂ ਦੀਆਂ ਕੁਛ ਸ਼ਰਤਾਂ ਨੇ, ਹੈ ਨਾ, ਉਹ ਤੁਸੀਂ ਪੂਰੀਆਂ ਕਰਨੀਆਂ ਹੁੰਦੀਆਂ ਨੇ। ਜੇ ਤੁਸੀਂ ਉਹ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਹੋ ਸਕਦਾ ਤੁਹਾਨੂੰ 30 ਦਿਨਾਂ ਦੀ ਐਂਟਰੀ ਜਿਹੜੀ ਹੈਗੀ ਹੈ ਉਹ ਮਿਲ ਸਕਦੀ ਹੈਗੀ ਹੈ। ਬਾਕੀ ਤੁਸੀਂ ਇਨਕੁਆਇਰੀ 'ਤੇ ਜਾ ਕੇ ਵੀ ਪਤਾ ਕਰ ਸਕਦੇ ਹੈਗੇ ਜੀ। ਯੂਜ਼ਰ 521 ਲਿਖਦੇ ਨੇ, ਸਰ ਮੈਂ ਸੈਂਟਰਲ ਗੌਰਮੈਂਟ ਸਿਵਲ ਇੰਪਲਾਈ ਹੂੰ ਔਰ ਮੈਂ ਆਰਮੀ ਮੇਂ ਵਰਕ ਕਰ ਰਹਾ ਹੂੰ। ਸਰ ਇੱਕ ਸਵਾਲ ਥਾ, ਮੁਝੇ ਦੁਬਈ ਪ੍ਰਾਈਵੇਟ ਵਿਜ਼ਿਟ ਪਰ 18 to 22 September 23 ਕੋ ਜਾਣਾ ਹੈ। ਮੈਨੇ ਆਪਣੀ ਫਾਈਲ ਪ੍ਰੋਸੈਸ ਕੀਆ ਥਾ ਜਿਸਮੇਂ ਸਾਰਾ ਡਾਕੂਮੈਂਟ ਲਗਾ ਕੇ ਪ੍ਰੋਸੈਸ ਕੀਆ, ਜਿਸਮੇਂ ਮੇਰੇ 6 ਮਾਹ ਕੀ ਬੈਂਕ ਸਟੇਟ ਵੀ ਸ਼ਾਮਿਲ ਹੈ। ਅਬ ਵੋ ਮੇਰੇ ਬੈਂਕ ਸਟੇਟਮੈਂਟ ਕੋ ਲੈ ਕੇ ਪੜੇ ਹੈ ਔਰ ਮੈਨੇ ਸਟੇਟਮੈਂਟ ਕੋ ਲੈ ਕੇ ਆਪਣਾ ਪਰੂਫ ਵੀ ਦਿਆ ਹੈ। MI ਕਲੀਅਰੈਂਸ ਹੋਣਾ ਹੈ ਔਰ MP4 ਸੇ ਅਪਰੂਵਲ ਵੀ ਆਣੀ ਹੈ, ਲੇਕਿਨ ਵੋ ਫਾਈਲ ਪ੍ਰੋਸੈਸ ਨਹੀਂ ਕਰ ਰਹੇ ਹੈ, ਮੇਰੇ ਸਟੇਟਮੈਂਟ ਕੋ ਲੈ ਕੇ ਪੜੇ ਹੈ, ਇਸ ਕਾਰਨ ਮੈਂ ਵਿਦੇਸ਼ ਨਹੀਂ ਜਾ ਸਕਦਾ। ਸਰ ਕਿਰਪਾ ਕਰਕੇ ਹੈਲਪ ਕੀਜੀਏ। ਸਰ ਪਾਲਿਸੀ ਕੇ ਅਨੁਸਾਰ ਜਹਾਂ ਤੱਕ ਮੈਨੇ ਨਾਲਜ ਹੈ ਸਟੇਟਮੈਂਟ ਕੀ ਜ਼ਰੂਰਤ ਨਹੀਂ ਹੈ ਔਰ ਬੈਂਕ ਕਾ ਫਸਟ ਪੇਜ ਕਾ ਵੋ ਵੀ ਦਿਆ ਹੈ। ਬ੍ਰਦਰ, ਜੈਸੇ ਆਪ ਬੋਲ ਰਹੇ ਹੈ ਕਿ ਆਪਨੇ ਦੁਬਈ ਜਾਣਾ ਹੈ ਤੋ ਦੁਬਈ ਕੇ ਲੀਏ ਤੋ ਕੋਈ ਬੈਂਕ ਸਟੇਟਮੈਂਟ ਕੀ ਜੋ ਜ਼ਰੂਰਤ ਹੈ ਵੋ ਨਹੀਂ ਹੋਤੀ, ਕਿਉਂਕਿ ਦੁਬਈ ਐਸਾ ਕੰਟਰੀ ਹੈ ਜੋ ਸਿਰਫ ਆਪਕੇ ਪਾਸਪੋਰਟ ਔਰ ਆਪਕੇ ਫੋਟੋ ਪੇ ਹੀ ਵੀਜ਼ਾ ਦੇ ਦਿੱਤਾ ਹੈ। ਤੋ ਇਸ ਕੇ ਲੀਏ ਨਾ ਤੋ ਕੋਈ NOC ਕੀ ਜ਼ਰੂਰਤ ਪੜਤੀ ਹੈ ਔਰ ਨਾ ਹੀ ਬੈਂਕ ਸਟੇਟਮੈਂਟ ਕੀ ਜ਼ਰੂਰਤ ਹੈ। ਜੋ ਆਪਕੋ ਯੇ ਅਪਡੇਟ ਕਰ ਰਹਾ ਹੈ ਵੋ ਆਪਕੋ ਰੋਂਗ ਇਨਫੋਰਮੇਸ਼ਨ ਦੇ ਰਹਾ ਹੈ। ਆਪਕੋ ਕਿਸੀ ਤਰ੍ਹਾਂ ਕੀ NOC ਖਾਸ ਕਰਕੇ ਦੁਬਈ ਕੇ ਲੀਏ, ਕਿਉਂਕਿ ਹਰ ਕੰਟਰੀ ਕਾ ਆਪਣਾ ਆਪਣਾ ਇੱਕ ਸਿਸਟਮ ਹੋਤਾ ਹੈ। ਸੋ ਯਦੀ ਹਮ ਦੁਬਈ ਕੀ ਬਾਤ ਕਰਤੇ ਤੋ ਦੁਬਈ ਮੇਂ ਆਪਕੋ ਕਿਸੀ ਤਰ੍ਹਾਂ ਕੇ ਕੋਈ ਬੈਂਕ ਸਟੇਟਮੈਂਟ ਦੇਣੇ ਕੀ ਜ਼ਰੂਰਤ ਨਹੀਂ ਹੈ, ਕੋਈ ਆਪਕੋ NOC ਦੇਣੇ ਕੀ ਜ਼ਰੂਰਤ ਨਹੀਂ ਹੈ, ਕੋਈ ਆਪਕੋ ITR ਦੇਣੇ ਕੀ ਜ਼ਰੂਰਤ ਨਹੀਂ ਹੈ। ਓਨਲੀ ਆਪਕੋ ਪਾਸਪੋਰਟ ਔਰ ਫੋਟੋ ਦੇਣੀ ਹੈ। ਆਪਕਾ ਵੀਜ਼ਾ ਹੋ ਜਾਏਗਾ, ਕੋਈ ਇਸ਼ੂ ਨਹੀਂ। ਆਪ ਹਮਾਰੀ ਹੈਲਪ ਲੈ ਸਕਤੇ ਹੈ, ਆਪ ਹਮੇਂ ਆਪਣਾ ਪਾਸਪੋਰਟ ਕੀ ਕਾਪੀ ਔਰ ਇੱਕ ਫੋਟੋ ਭੇਜ ਦੀਜੀਏ, ਹਮ ਆਪਕੋ ਵੀਜ਼ਾ ਜੋ ਹੈ ਵੋ ਪ੍ਰੋਵਾਈਡ ਕਰਵਾ ਸਕਤੇ ਹੈ। ਅਗਲਾ ਕਮੈਂਟ ਹੈ ਜੀ ਮੋਟੀਵੇਸ਼ਨਲ ਓਨਲੀ, ਲਿਖਦੇ ਨੇ ਸਰ ਕੈਨੇਡਾ ਦਾ C ਕੈਟਾਗਰੀ ਵਰਕ ਵੀਜ਼ਾ
ਲਈ ਸੈਲਰੀ ਅਕਾਊਂਟ ਵਿੱਚ ਆਉਣੀ ਜ਼ਰੂਰੀ ਹੈ। ਲੇਬਰ ਕੈਟਾਗਰੀ ਪਲੀਜ਼ ਅਨਸਰ ਜ਼ਰੂਰ ਕਰ ਦਿਓ। ਦੇਖੋ ਜਿਹੜੀ ਸੀ ਕੈਟਾਗਰੀ ਦੇ ਵਿੱਚ ਜੇ ਆਪਾਂ ਸੈਲਰੀ ਦੀ ਗੱਲ ਕਰੀਏ, ਸੈਲਰੀ ਜੇ ਤੁਸੀਂ ਦਿਖਾ ਦਿਓਗੇ ਤਾਂ ਵਧੀਆ ਗੱਲ ਹੈ, ਕਿਉਂਕਿ ਉਸ ਨਾਲ ਤੁਹਾਡਾ ਜਿਹੜਾ ਪੱਖ ਹੈ ਉਹ ਮਜ਼ਬੂਤ ਹੋ ਜਾਂਦਾ ਹੈ ਕਿ ਤੁਸੀਂ ਵਾਕਈ ਤੁਹਾਨੂੰ ਐਕਸਪੀਰੀਅੰਸ ਹੈ। ਬਟ ਜੇਕਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਸੈਲਰੀ ਸਲਿੱਪ ਦਾ ਵੀ ਯੂਜ਼ ਕਰ ਸਕਦੇ ਹੈਗੇ ਜੀ। अगला कमेंट है जी, जसप्रीत कौर लिखते हैं, क्या यहाँ पे कोई बता सकता है कि यूनिवर्सिटी की फ़ंड वेरिफिकेशन के बाद एम्बेसी ने भी किसी तरह की फ़ंड की वेरिफिकेशन की है? देखो डिपेंड करता जी वीजा ऑफिसर ते, जिहड़े कुछ लोग ने, कुछ वीजा ऑफिसर ने वो अंबैसी की वेरीफिकेशन ही मान लेंगे ने, तो कुछ अपनी वेरीफिकेशन भी करते हैं। सो डिपेंड करता है, ये कोई वो नहीं। सो तुसी हो सकता है कि थोड़ी वेरीफिकेशन भी होवे, सो इस करके तुसी यूके के मामले में फंड जिहड़े हैगे ने अपने प्रॉपर तुहानू रखने चाहिए ने। सो दोस्तों ये सीगे तुहाडे अज्ज दे सवाल, तुहाडे कमेंट ते मेरे जवाब। उम्मीद करदा तुहानू अच्छे लगे होणगे। जेकर वीडियो चंगी लग रही है तो प्लीज़ लाइक ते शेयर जरूर कर दिओ, तां कि वध तों वध लोकां तक यह जानकारी पहुँच सके। जे तुसी पहली बारी वीडियो देख रहे हो और थोनू यह वीडियो पसंद आ रही है तो प्लीज़ मेरा चैनल सबसक्राइब जरूर कर लियो, बैल का बटन दबा लियो, फेसबुक पर लाइक कर दियो, इंस्टा पर फॉलो कर लियो, असी ट्विटर से लिंकडइन पर भी है, उत्ते भी तुसी फॉलो कर सकते हो, तो कि इस तरह दियां होर वीडियो तुहानू सब तो पहला मिल सकन। सो होर वधेरे जानकारी लिए अपना केस डिस्कस करने लिए, केस अप्लाई करने लिए स्क्रीन ते 3 नंबर पर तुसी कॉल कर सकते हो। बहुत धन्यवाद। वाहिगुरू जी का खालसा, वाहिगुरू जी की फतेह।